ਸਾਰੀਆਂ ਜਿਹੜੀਆਂ ਜ਼ਰੂਰਤਾਂ ਨੇ ਪੀਪੀਏ ਕਿੱਟਾਂ ਹੋਣ, ਮਾਸਕ ਹੋਣ ਜਾਂ ਗਲਵਜ਼ ਹੋਣ, ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੰਗਰ ਤੇ ਲੰਗਰ ਵਰਤਾ ਰਹੇ ਨੇ? 200 ਦੇ ਕਰੀਬ ਅਸੀਂ ਇੱਥੇ ਕਰਾਏ ਸੀਗੇ ਸੈਂਪਲ, ਉਹਨਾਂ ਚੋਂ ਸਿਰਫ ਇੱਕ ਪੋਜ਼ਿਟਿਵ ਆਇਆ। ਟੀਮ ਕੇ ਸਾਥ ਕਹਤਾ ਹੂੰ ਕਿ ਹਮਾਰੇ ਕੌਮ ਕੇ ਅਸਲ ਹੀਰੋ ਔਰ ਅਸਲ ਹੀਰੋਇਨ ਯਹੀ ਹੈ। ਹੋਰ ਵੀ ਇੱਕ ਆਰਗੇਨਾਈਜੇਸ਼ਨ ਨੇ ਸਾਨੂੰ 1 ਲੱਖ ਰੁਪਏ ਦਾ ਸਮਾਨ ਉਹਨਾਂ ਨੇ ਡੋਨੇਟ ਕੀਤਾ, ਉਹਦੇ ਵਿੱਚ ਮੈਂ 150 ਕਿੱਟ ਖਰੀਦੀ। ਜਿਹੜੇ 40 ਹੋਸਪਿਟਲ ਆ ਜਿਹੜੇ 5-5, 20-20 ਹਜ਼ਾਰ ਰੁਪਏ ਇੱਕ ਦਿਨ ਬੈਡ ਰੂਮ ਦਾ ਲੈਂਦੇ ਆ, ਉਹੋ ਜਿਹੀਆਂ ਅਸੀਂ ਫੈਸਿਲਿਟੀਆਂ ਦੇਣੀਆਂ ਚਾਹੁੰਦੇ ਹਾਂ। ਮੈਨੂੰ ਉਹਦੇ ਬਾਰੇ ਕਲੈਰੀਫਾਈ ਕਰ ਲਓ, ਕਲੈਰੀਫਾਈ ਕਰਕੇ ਫਿਰ ਕੋਈ ਪੋਸਟ ਪਾਓ। ਇੱਦਾਂ ਮਿਸਗਾਈਡ ਨਾ ਕਰੋ, ਲੋਕਾਂ 'ਚ ਪੈਨਿਕ ਨਾ ਕ੍ਰੀਏਟ ਕਰੋ, ਲੋਕ ਤਕਲੀਫ 'ਚ ਆ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਪੰਜਾਬ ਦੇ ਵਿੱਚ 3 ਹੀ ਵਿਭਾਗ ਨੇ ਜਿਹੜੇ ਫਰੰਟ ਲਾਈਨ ਦੇ ਉੱਤੇ ਡਟੇ ਹੋਏ ਨੇ, ਸਿਪਾਹੀਆਂ ਵਾਂਗੂ ਡਟੇ ਹੋਏ ਨੇ। ਪਹਿਲਾ ਡਾਕਟਰ ਪੈਰਾਮੈਡਿਕਸ, ਦੂਸਰੇ ਸਿਹਤ ਵਿਭਾਗ ਦੇ ਜਿਹੜੇ ਹੋਰ ਮੁਲਾਜ਼ਮ ਨੇ, ਸਫਾਈ ਕਰਮਚਾਰੀ ਔਰ ਹੋਰ ਜਿਹੜੇ ਇੱਥੇ ਇਸ ਵੇਲੇ ਐਕਟਿਵ ਨੇ। ਸੋ ਅੱਜ ਜਿਹੜਾ ਕੁਛ ਕੁ ਨੁਮਾਇੰਦੇ ਨੇ ਸ਼ਹਿਰ ਮਲੇਰਕੋਟਲਾ ਦੇ ਵਿੱਚ, ਜਿਨ੍ਹਾਂ ਨੇ ਸੰਸਥਾ ਹੈਗੀ ਆ ਬਲੱਡ ਮਸ਼ੀਨ ਸੰਸਥਾ ਹੈਗੀ ਆ, ਉਹਨਾਂ ਨੇ ਉਪਰਾਲਾ ਕੀਤਾ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦਾ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਦਾ। ਅੱਜ ਸਾਡੇ ਨਾਲ ਮੁਫਤੀ ਆਜ਼ਮ ਇਰਤਾਕਾ ਉਲ ਹਸਨ ਕੰਧਾਲਵੀ ਸਾਹਿਬ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਨੂੰ ਨੁਮਾਇੰਦਾ ਮੰਨ ਕੇ ਉਹਨਾਂ ਨੇ ਅੱਜ ਇੱਥੇ ਸਨਮਾਨਿਤ ਕੀਤਾ। ਮੁਸਾ, ਪਹਿਲਾਂ ਹਕੀਕਤ ਟੀਵੀ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ, ਆਪਨੇ ਮੈਨੂੰ ਬੋਲਣੇ ਦਾ ਮੌਕਾ ਦਿੱਤਾ। ਅੱਜ ਯਹਾਂ ਪਰ ਹਮਾਰੇ ਨੌਜਵਾਨ ਦੋਸਤੋ ਨੇ ਹਸਪਤਾਲ ਕੇ ਸਟਾਫ ਕੋ, ਡਾਕਟਰਸ ਕੋ, ਨਰਸਿਸ ਕੋ, ਮੈਡੀਕਲ ਪੈਰਾਮੈਡੀਕਲ ਸਟਾਫ ਕੋ ਸਨਮਾਨ ਕੀਆ ਹੈ ਔਰ ਉਨਕੀ ਇੱਜ਼ਤ ਅਫਜ਼ਾਈ ਕੀ ਹੈ, ਔਰ ਇਹ ਚੀਜ਼ ਯਕੀਨਨ ਬਹੁਤ ਜ਼ਰੂਰੀ ਹੈ, ਕਿਉਂਕਿ ਹਮ ਦੇਖਤੇ ਹੈ ਕਿ ਕੋਵਿਡ-19 ਕੇ ਜਬ ਸੇ ਸਿਲਸਿਲਾ ਸ਼ੁਰੂ ਹੁਆ ਹੈ, ਇਹ ਚੰਦ ਡਿਪਾਰਟਮੈਂਟ ਹੈ ਜਿਨ੍ਹੋਂਨੇ ਸਾਰੀ ਕੇ ਸਾਰੀ ਜ਼ਿੰਮੇਦਾਰੀ ਆਪਣੇ ਕੰਧੋਂ ਪਰ ਸੰਭਾਲ ਰੱਖੀ ਹੈ, ਚਾਹੇ ਉਹ ਹਸਪਿਟਲ ਕਾ ਸਟਾਫ ਹੋ, ਚਾਹੇ ਉਹ ਪੁਲਿਸ ਡਿਪਾਰਟਮੈਂਟ ਹੋ, ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋ, ਇਹੀ ਦਰ ਹਕੀਕਤ ਰੀੜ ਕੀ ਹੱਡੀ ਬਣਕਰ ਹਮਾਰੀ ਕੌਮ ਕੋ ਸਹਾਰਾ ਦੇ ਰਹੇ ਹੈ। ਬਹੁਤ ਜ਼ਰੂਰੀ ਹੈ ਕਿ ਇਨਕਾ ਸਨਮਾਨ ਕੀਆ ਜਾਏ ਤਾਂ ਕਿ ਇਨਕਾ ਮਨੋਬਲ ਔਰ ਊਚਾ ਹੋ ਔਰ ਇਹ ਔਰ ਜ਼ਿਆਦਾ ਹਿੰਮਤ ਔਰ ਹੌਸਲੇ ਕੇ ਸਾਥ ਕਾਮ ਕਰੇ। ਮੈਂ ਅੱਜ ਬਹੁਤ ਜ਼ਿਆਦਾ ਯਕੀਨ ਕੇ ਸਾਥ ਕਹਤਾ ਹੂੰ ਕਿ ਹਮਾਰੇ ਕੌਮ ਕੇ ਅਸਲ ਹੀਰੋ ਔਰ ਅਸਲ ਹੀਰੋਇਨ ਯਹੀ ਹੈ, ਜਿਨਕੋ ਹਮ ਅਬ ਤੱਕ ਹੀਰੋ ਹੀਰੋਇਨ ਸਮਝਤੇ ਰਹੇ ਹੈ। ਹਮੇ ਅਬ ਥੋੜ੍ਹਾ ਸਾ ਆਪਣੀ ਇਸ ਵਿਚਾਰ ਕੇ ਉੱਪਰ ਦੁਬਾਰਾ ਗੌਰ ਕਰਨਾ ਪੜੇਗਾ। ਅੱਜ ਹਮੇ ਜੋ ਬਾਤ ਸਮਝ ਮੇ ਆਈ ਹੈ ਵੋ ਥੋੜ੍ਹੀ ਮੁਖਤਲਿਫ ਹੈ। ਸੋ ਇਹ ਸਨ ਮੁਫਤੀ ਆਜ਼ਮ ਇਰਤਕਾ ਉਲ ਹਸਨ ਕੰਧਾਲਵੀ, ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਇਸ ਵੇਲੇ ਜਿਹੜੇ ਫਰੰਟ ਲਾਈਨ 'ਤੇ ਡਟੇ ਹੋਏ ਨੇ ਉਹ ਲੋਕ ਕੌਣ ਨੇ ਔਰ ਉਹਨਾਂ ਦੀ ਕਿਸ ਤਰੀਕੇ ਨਾਲ ਜਿਹੜੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਸਾਡੇ ਕੋਲ ਮਲੇਰਕੋਟਲਾ ਦੇ SP ਮਨਜੀਤ ਸਿੰਘ ਜੀ ਨੇ, ਬਰਾੜ ਸਾਹਿਬ, ਲੋਕਾਂ ਨੂੰ ਲੱਗਦਾ ਸਮਝ ਆ ਗਿਆ ਕਿ ਉਹਨਾਂ ਦੇ ਅਸਲੀ ਹੀਰੋ ਇਸ ਵੇਲੇ ਇਸ ਮੌਕੇ 'ਤੇ ਕੌਣ ਨੇ? ਖਾਸ ਕਰਕੇ ਮੁਫਤੀ ਸਾਹਿਬ ਦਾ, ਮਲੇਰਕੋਟਲਾ ਦਾ ਸਾਰੇ ਮੌਲਵੀ ਜਿੰਨੇ ਵੀ ਹੈ ਅਤੇ ਮੁਸਲਿਮ ਭਾਈਚਾਰੇ ਦਾ ਬਹੁਤ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੂੰ ਸਾਨੂੰ ਬਹੁਤ ਜ਼ਿਆਦਾ ਕੋਪਰੇਟ ਕੀਤਾ, ਕਿਉਂਕਿ ਜਦੋਂ ਇਹ ਆਇਆ ਸੀ ਕਰੋਨਾ ਹਰ ਇੱਕ ਨੂੰ ਪੈਨਿਕ ਸੀਗੀ, ਪਰ ਮੁਫਤੀ ਸਾਹਿਬ ਜਾਂ ਮੌਲਵੀ ਸਾਹਿਬ ਨੇ, ਸਾਰਿਆਂ ਨੇ, ਜਮਾਤੀਆਂ ਨੇ ਬਹੁਤ ਵਧੀਆ ਸਾਨੂੰ ਸਹਿਯੋਗ ਦਿੱਤਾ ਤਾਂ ਕਿ ਇਸ ਦੇ ਨਾਲ ਮਲੇਰਕੋਟਲੇ ਦਾ ਇੰਨਾ ਸ਼ਾਂਤ ਮਾਹੌਲ ਬਹੁਤ ਵਧੀਆ ਆਇਆ ਇਹੋ ਜਿਹੇ ਹਾਲਾਤਾਂ 'ਚ। 1947 ਤੋਂ ਬਾਅਦ ਜੇ ਮਲੇਰਕੋਟਲਾ ਬਚਿਆ ਤਾਂ ਹੁਣ ਕਰੋਨਾ ਵੇਲੇ ਬਚਿਆ। 200 ਦੇ ਕਰੀਬ ਅਸੀਂ ਇੱਥੇ ਕਰਾਏ ਸੀਗੇ ਸੈਂਪਲ, ਉਹਨਾਂ 'ਚੋਂ ਸਿਰਫ ਇੱਕ ਪੋਜ਼ਿਟਿਵ ਆਇਆ, ਉਹ ਵੀ ਬੰਦਾ ਠੀਕ ਆ, 2-3 ਦਿਨ ਹੋ ਗਏ ਆ। ਡਾਕਟਰ ਸਾਹਿਬ ਦੀ ਟੀਮ ਬਹੁਤ ਵਧੀਆ ਆ, ਇਹਨਾਂ ਦੇ ਸਾਰਾ ਸਟਾਫ, ਨਰਸਾਂ ਬਹੁਤ ਵਧੀਆ ਕੰਮ ਕਰ ਰਹੇ ਆ, ਅਤੇ NGO ਜਿਹੜੀਆਂ ਹੈ ਬਹੁਤ ਸਾਨੂੰ ਸਾਥ ਦੇ ਰਹੀਆਂ। ਇੱਕ NGO ਨੇ ਸਾਨੂੰ 100, ਡਾਕਟਰ ਸਾਹਿਬ ਨਾਲ ਗੱਲ ਹੋਈ ਸੀਗੀ ਵੀ ਮੈਂ ਵੀ ਜਿਹੜੇ ਹਸਪਤਾਲ 'ਚ ਇੱਥੇ ਹੈਗੇ ਆ, ਜਿਹੜੇ 40 ਹੋਸਪਿਟਲ ਆ ਜਿਹੜੇ 5-5, 20-20 ਹਜ਼ਾਰ ਰੁਪਏ ਇੱਕ ਦਿਨ ਬੈਡ ਰੂਮ ਦਾ ਲੈਂਦੇ ਆ, ਉਹੋ ਜਿਹੀਆਂ ਅਸੀਂ ਫੈਸਿਲਿਟੀਆਂ ਦੇਣੀਆਂ ਚਾਹੁੰਦੇ ਹਾਂ ਤਾਂ ਕਿ ਜਿਹੜਾ ਮਰੀਜ਼ ਇੱਥੋਂ ਠੀਕ ਹੋ ਕੇ ਜਾਵੇ ਕਰੋਨਾ ਦਾ, ਉਹ ਘੱਟੋ ਘੱਟ 5 ਕਿਲੋ ਉਹਦਾ ਵੇਟ ਵੱਧ ਕੇ ਜਾਵੇ, ਤਾਂ ਕਿ ਲੋਕਾਂ ਨੂੰ ਦੱਸੇ ਵੀ ਇੱਥੇ ਅਸੀਂ ਬਹੁਤ ਘਰ ਵਰਗਾ ਮਾਹੌਲ ਦੇਈਏ, ਰੋਜ਼ ਉਹਦੀ ਚਾਦਰ ਬਦਲੀ ਜਾਵੇ, ਤੌਲੀਆ, ਸਾਬਣ, ਹਰ ਇੱਕ ਚੀਜ਼ ਦੇ ਜੋ SMO ਸਾਹਿਬ ਨਾਲ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ, ਕਿਉਂਕਿ ਅਸੀਂ ਆਉਂਦੇ ਹਾਂ, ਕਿਉਂਕਿ ਇੱਥੇ ਲੋਕ ਬਹੁਤ ਹਸਪਤਾਲ ਤੋਂ ਆ ਕੇ ਡਰਦੇ ਆ, ਪਰ ਇੱਥੇ ਆ ਕੇ ਬਹੁਤ ਸਕੂਨ ਮਿਲਦਾ। ਮੈਨੂੰ ਤਾਂ ਖਾਸ ਕਰਕੇ ਮੇਰੇ ਹਸਪਤਾਲ ਆ ਕੇ ਇੰਨਾ ਜ਼ਿਆਦਾ ਸਕੂਨ ਗੁਰਦੁਆਰੇ ਜਾਂ ਮੰਦਰ ਮਸੀਤ 'ਚ ਨਹੀਂ ਮਿਲਦਾ, ਕਿਉਂਕਿ ਇੱਥੇ ਬਹੁਤ ਦੁਨੀਆ ਦੁਖੀ ਆ, ਉਦੋਂ ਪਤਾ ਲੱਗਦਾ ਰੱਬ ਨੇ ਸਾਡੇ 'ਤੇ ਬਹੁਤ ਦਇਆ ਕੀਤੀ ਆ। ਇਸ ਕਰਕੇ ਮੈਂ SMO ਸਾਹਿਬ, ਇਹਨਾਂ ਦੀ ਟੀਮ ਦਾ, ਨਰਸਾਂ ਅਤੇ ਡਾਕਟਰਾਂ ਦਾ ਬਹੁਤ ਧੰਨਵਾਦ ਹੈ, ਜਿਹੜੇ ਇੰਨੀ ਔਖੇ ਘੜੀ ਦੇ ਵਿੱਚ ਪੰਜਾਬ 'ਚ ਸਭ ਤੋਂ ਵੱਧ ਸ਼ੁਰੂਆਤ ਜਿਹੜੀ ਸੀਗੀ ਸੈਂਪਲ ਲੈਣ ਦੀ ਇੱਥੋਂ ਮਲੇਰਕੋਟਲੇ ਤੋਂ ਹੋਈ ਆ, ਜਿਹੜੀ ਕਿ ਬਹੁਤ ਵਧੀਆ ਪੀਸਫੁੱਲ ਚੱਲ ਰਹੀ ਹੈ। ਇਹਦੇ ਵਿੱਚ ਮੁਫਤੀ ਸਾਹਿਬ ਅਤੇ ਮੌਲਵੀ ਸਾਹਿਬ ਅਤੇ ਮੁਸਲਿਮ ਭਾਈਚਾਰੇ ਦਾ ਬਹੁਤ ਵਧੀਆ ਯੋਗਦਾਨ ਆ। ਇਹ ਸ਼ਹਿਰ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਭਾਈਚਾਰਿਆਂ ਦਾ, ਸਾਰੇ ਭਾਈਚਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਦਿੱਤਾ, ਇਸ ਕਰਕੇ ਅਸੀਂ ਸਾਰਿਆਂ ਦਾ
शुक्रगुजार करते हैं जी। ब्रदर साहब एक होर सवाल हैगा थोड़े महकमे के लिहाज नाल कि गुजर भाईचारे नू आले दुआले मलेरकोटले तो ठीक है, लेकिन आले दुआले जिहड़े गुजर भाईचारे नू बहुत दिक्कत आ रही ने, लोगों ने दुध लेना तक उन्होंने तो बंद कर दिता है और उन्होंने दूसरे दर्जे का नागरिक समझा जा सकता है, अजिहे दे विच गुजर भाईचारे नू तुसीं की कानून समझाओगे? अं गुजर भाईचारे नू कहने इहदा मतलब ये नहीं गा भी क्योंकि पहला दुध की मिठाइयां बन सब कुछ बनता सीगा, इस करके दुध की लोड़ सीगी, हुण मिठाइया दुकानां बंद हो गई इस करके जिहड़ा दुध आ उहदी पदार्थ वध गई है, इस करके वह जिहड़ा नखरे लुकी करन लगे आ, पर जदों दुध की प्रोडक्शन हुण वध्या ते खपत घट है इस करके उहदे करके प्रॉब्लम आई आ, पर उहनूं रंगत दूजा दित्ता गया, पर फिर भी असीं मिल्क प्लांट वेरका दे नाल टाई अप करके ये सारा दुध की उहदी सप्लाई रेगुलर करावांगे ताकि उन्हां नूं कोई लॉस ना हो। जी 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 बहुत बहुत शुक्रिया। सो साडे नाल जिहड़े ये हीरो असीं तुहानूं दिखाए ने साडी सोसाइटी दे हीरो, उन्हां हीरोआं दे कमांडर ने साडे नाल। डॉक्टर साहब थोड़ी ड्यूटी इन्नी ज़्यादा वध गई है, मैं बहुत सारी वीडियोज़ देखते हैं असी डॉक्टर्स दियाँ पैरामेडिक्स दियाँ निजी जिंदगियां तक इस वेले डिस्टर्ब ने। एक नर्स की वीडियो देख रही थी जिहड़ी कुछ क मीटर तो अपनी बच्ची नूं निहार रही थी, लेकिन वह जिहड़ी अपनी बच्ची नूं छूह तक नहीं रही थी। की समझाओगे लोगों नूं कि ऐसे जिहे सिचुएशनां दे विचों निकल के जुगरे, थोड़ा सानूं दसो कि किहो जिहे हालात ने थोड़े पैरामेडिक्स के? सर देखो एक जिहड़ी करोना की बीमारी है बहुत ही इनफेक्टिव बीमारी है, तुसीं देख ही लिया भी गवर्नमेंट ने एक लॉकडाउन किया हो, वो इसे करके भी स्प्रैड बहुत छेती होंगी है, वो ये ना हो उसको रोकने लिए आप लॉकडाउन किया हो, साडा स्टाफ जिहड़ा डायरैक्ट पेशेंट के नाल कम्युनिकेट करता जिहड़ा उन्होंने मेडिसन दिंदा जां उन्होंने गल करता उन्होंने दुख दर्द सुनता वो किन्ना रिस्क दे हैगा, हालांकि साढ़े को प्रोटेक्टिव किट्स हैगियां ने वो पा के गल करते हैं, पर फिर भी सानू रिस्क है उस चीज़ का, वो अपने घर नहीं जांदियां कुड़ियां नू, मैं इत्थे ही असी प्रोवाइड की रेजिडेंस अंदर ही उन्होंने रहन का प्रबंध किया हो ताकि वो चीज़ कितने घर उन्होंने होगी तो होर ना स्प्रैड हो जाए, तो वो किन्ने ही अपने घर तो किन्ना दूर रहने उन्होंने असली सैक्रीफाइस है, बहुत बड़ा सैक्रीफाइस है कुड़ियों आई मैं थंब करदा भी साडे डॉक्टर साहबान ने जिहड़े सैंपल लेंदे ने उन्हें 200 के करीब सैंपल लेते हैं, वो किन्ना रिस्क आ डायरैक्ट वो मेरा ख्याल है किन्नी क नेड़े आउंदी आ वो बहुत ज़्यादा इनफेक्शन का खतरा है, बड़े ही स्ट्रोंगली मैंने कदे मेरे स्टाफ तो यह नहीं मिले भी वो हैजीटेट कर रहे, वो बड़े ही उत्सुकता नाल मूहरे होके नहीं डॉक्टर साहब एक बार भी मैं कहना डॉक्टर साहब अज उत्थे सैंपलिंग करनी है जे 30 कर 30 घट्टो घट एक जना करदा वो कह लो डॉक्टर साहब साढ़े 44 करके आए हैं, बड़े ही हौसले नाल करदे। डॉक्टर साहब एक होर मैं थोड़े जरिए गल करना चाहवांगा क्योंकि साढ़े पंजाब दे विच लंगर प्रथा बहुत वड्डी है, लोग लंगर ते लंगर ला रहे हैं, पर मेरा निजी तौर पर भी यही मनना है कि साडा जिहड़ा लंगरां दा रुख है वह हुण चेंज होना चाहिए, लोगों को सोचना चाहिए क्योंकि बहुत सारिया जिहड़ियां जरूरतां ने PPE किटा होन मास्क होन या ग्लव्स होन, तुहानू नहीं लगता कि लोगों को की कहोगे जिहड़े लंगर ते लंगर वरता रहे ने? हाँ जी मैं सर मेरी प्रायोरिटी ये है भी जे मेरे स्टाफ नूं पहला मैं प्रोटेक्ट करके रखा उन्हां नूं प्रोटेक्टिव किट्स, चलो हुण इक्को लख ते लोड़ पई आ गवर्नमेंट कोले भी थोड़े साधन सीमित हो सकते हैं पर सानूं आ रही ने, पर असी होर भी ऑर्गेनाइजेशन सोशल ऑर्गेनाइजेशन मनजीत सिंह बराड़ उन्होंने सानूं बहुत ज़्यादा सहयोग दिता है, इतों जिहड़ियां भी टॉवल वगैरह लैके दिते वह भी सैनिटेशन का हिस्सा ने, होर असी एक होर भी एक ऑर्गेनाइजेशन ने सानूं 1 लख रुपये का समान उन्होंने डोनेट किया, मैं 150 किट खरीदी है सिर्फ अपने स्टाफ लिए भी वो जे प्रोटेक्ट रहेंगे तो पब्लिक प्रोटेक्ट रहेगी, जे प्रोटेक्ट रहेंगे तो किसी का इलाज होगा, जे ही इनवॉल्व हो गए तो दूजे नैचुरली जो इनफेक्ट हो गए तो दूजे को सांभू कौन? जी जी जी। सो डॉक्टर साहब एक मेरा आखिरी सवाल, थोड़ा बहुत बिजी शेड्यूल रहा है, मलेरकोटले के बहुत सारे शरारती लोग भी ने जिहड़े हर घंटे कोई ना कोई नवी अफवाह उड़ा देंगे ने, उन्होंने की सुनिया थोड़ा? नहीं सर मैं उन्होंने अगे बेनती करूँगा भी ये सोसाइटी अपनी आ, ये शहर अपना, ये अपन अफवाह ना फैलाओ, कदे भी कोई गल तुसीं पुछणी आ तां असीं टैक्निकल मेरे डॉक्टर साहबान ने मैं हैगा मैनू उहदे बारे कलैरीफाई कर लो, कलैरीफाई करके फिर कोई पोस्ट पाओ, इदां मिसगाइड ना करो लोगों च पैनिक ना क्रिएट करो, लोग तकलीफ च आ जाते हैं तो जिहड़ा कि वह सिर्फ ना समझी करके आ जाते इस करके ये अफवाह ना फैलाओ। जी सो डॉक्टर साहब तुसीं जो काम कर रहे हो इसलिए हकीकत भी पंजाबी भी थोड़ा दिल तो सल्यूट करता है और असीं भी इहो थोड़े लई दुआवां और अरदासां ही करते हैं कि तुसीं भी सेफ रहो सुरक्षित रहो।
ਰਹੋ ਅਤੇ ਇਸੇ ਤਰੀਕੇ ਨਾਲ ਫਰੰਟ ਲਾਈਨ ਤੇ ਜੇਕਰ ਤੁਸੀਂ ਡਟੇ ਹੋਇਓ ਤਾਂ ਅਸੀਂ ਸਾਡੇ ਵਰਗੇ ਸੁਸਾਇਟੀ ਦੇ ਜਿਹੜੇ ਲੋਕ ਨੇ ਉਹ ਸੁਰੱਖਿਅਤ ਨੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ SMO ਜਸਵਿੰਦਰ ਸਿੰਘ ਜਿਨ੍ਹਾਂ ਨੇ ਸਾਫ਼ ਸਾਫ਼ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਵਾਂਗੂ ਜਿਹੜੇ ਆਪਣੇ ਸਟਾਫ ਨੂੰ ਇੱਥੇ ਰੱਖਦੇ ਨੇ ਉਹਨਾਂ ਦੀ ਕੇਅਰ ਕਰਦੇ ਨੇ ਔਰ ਉਹਨਾਂ ਵੱਲੋਂ ਵੀ ਜਿਹੜੀ ਹੌਸਲਾ ਅਫਜ਼ਾਈ ਹੈ ਜਿਹੜੀ ਕੀਤੀ ਗਈ ਹੈ ਅੱਜ ਇੱਥੇ ਬਲੱਡ ਮਸ਼ੀਨ ਵਲੰਟੀਅਰਸ ਵੱਲੋਂ ਕੀਤੀ ਗਈ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ ਇਸ ਲਈ ਉਹਨਾਂ ਨੇ ਵੀ ਸ਼ੁਕਰੀਆ ਕੀਤਾ ਔਰ ਨਾਲ ਹੀ ਉਹਨਾਂ ਕਿਹਾ ਕਿ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਸੁਸਾਇਟੀ ਦੇ ਵਿੱਚ ਇਸ ਵੇਲੇ ਆ ਰਹੀਆਂ ਨੇ ਪਰ ਇੱਕ ਬੜਾ ਅਹਿਮ ਮੈਸੇਜ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਕਰੋਨਾ ਵਾਇਰਸ ਨੂੰ ਲੈ ਕੇ ਅਫਵਾਹ ਹੈ ਜਿਹੜੀ ਜਾਂ ਕੋਈ ਵੀ ਖਬਰ 'ਤੇ ਭਰੋਸਾ ਕਰਨ ਤੋਂ ਪਹਿਲਾਂ ਇੱਕ ਵਾਰ ਉਹਨਾਂ ਨੂੰ ਜਾਂ ਸਿਵਲ ਪ੍ਰਸ਼ਾਸਨ ਨੂੰ ਭਰੋਸੇ ਦੇ ਵਿੱਚ ਜ਼ਰੂਰ ਲਿਆ ਜਾਵੇ ਤਾਂ ਕਿ ਇਦਾਂ ਦੀ ਕੋਈ ਵੀ ਅਫਵਾਹ ਪੈਨਿਕ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਨਾ ਕ੍ਰੀਏਟ ਹੋਵੇ। ਕਾਸਿਫ ਫਾਰੂਕੀ, ਹਕੀਕਤ TV ਪੰਜਾਬੀ, ਮਲੇਰਕੋਟਲਾ।